ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਤੁਸੀਂ ਜਾਣਦੇ ਜੇ, ਅਸੀਂ ਵੀਰਾਂ ਵਾਸਤੇ ਹਰ ਰੋਜ਼ ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਆਉਂਦੇ ਰਹੀਦਾ ਰੋਜ਼ ਦੀ ਨਿਸਬਤ। ਅੱਜ ਫਿਰ ਵੀਰਾਂ ਵਾਸਤੇ ਇੱਕ ਬੜੇ ਨਾਯਾਬ ਕਿਸਮ ਦਾ ਜਾਨਵਰ ਲੈ ਕੇ ਆਏ ਹਾਂ। ਉਮੀਦ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਾਨਵਰ ਖਾਈਏ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਹੀ ਲੱਗੇ ਬੈਲ ਆਈਕੋਨ ਕਰੋ ਪ੍ਰੈਸ, ਤਾਂ ਕਿ ਸਾਡੀ ਨਹੀਂ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਰਾਂ ਤੱਕ ਪਹੁੰਚੇ। ਜਿਹੜਾ ਅਸੀਂ ਅੱਜ ਜਾਨਵਰ ਵੀਰਾਂ ਵਾਸਤੇ ਲੈ ਕੇ ਆਏ ਹਾਂ, ਬੜਾ ਨਯਾਬ ਅਤੇ ਬੜਾ ਖੂਬਸੂਰਤ ਜਾਨਵਰ ਹੈ। ਬੜੇ ਬਾਈ ਕਹਿੰਦੇ ਸੀ ਸਾਜਿਦ ਬਾਈ 30 ਲੀਟਰ ਪਲੱਸ ਸਾਨੂੰ ਵੈਟ ਚਾਹੀਦੀ ਹੈ, ਹੋਵੇ ਵੀ ਪਹਿਲਾਂ ਦੂਜੇ ਸੂਵੇ, ਅਤੇ ਬੜੀਆਂ ਕਾਵਿਸ਼ਾਂ ਅਤੇ ਮਿਹਨਤਾਂ ਤੋਂ ਬਾਅਦ 30 ਲੀਟਰ ਪਲੱਸ ਵੈਟ ਮਿਲੀ ਹੈ। ਅਤੇ ਦੂਜੇ ਸੂਵੇ ਦੇ ਕੱਦ ਕਾਠ ਵੈਟ ਦਾ ਪੂਰਾ ਹੈ ਤੁਹਾਡੇ ਸਾਹਮਣੇ ਹੈ। ਥੱਬਿਆਂ ਦੇ ਹਵਾਨੇ ਟਾਈਮ ਹੋਣਾ ਇਸ ਟਾਈਮ 9 ਵਜੇ ਨੇ ਇੱਥੇ, ਅਤੇ ਚੋਈ ਖੜੀ ਹੈ, ਅਜੇ ਵੇਖ ਸਕਦੇ ਜੇ ਥੱਬਿਆਂ ਦੇ ਹਵਾਨੇ, ਬਿਲਕੁਲ ਕੈਮਰੇ ਦੇ ਨਜ਼ਰ ਦੇ ਸਾਹਮਣੇ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ। 30 ਲੀਟਰ ਪਲੱਸ ਕਰਦੀ, ਛੱਡੋ ਤੁਹਾਨੂੰ ਤੁਰਨ ਫਿਰਨ ਵੀ ਚੱਕ ਕਰਾਵਾਂਗੇ। ਬੜੀਆਂ ਮਿਹਨਤਾਂ ਅਤੇ ਕਾਵਿਸ਼ਾਂ ਤੋਂ ਬਾਅਦ ਐਸੇ ਹੀਰੇ ਮਿਲਦੇ ਨੇ, ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ, ਬੜੀਆਂ ਸਾਡੀਆਂ ਕੋਸ਼ਿਸ਼ਾਂ ਹੁੰਦੀਆਂ, ਜਿਹਦੇ ਤੋਂ ਬਾਅਦ ਐਸੇ ਹੀਰੇ ਮਿਲਦੇ ਨੇ। ਥੱਬਿਆਂ ਦੇ ਹਵਾਨੇ ਮਾਸ਼ਾਅੱਲਾ, ਮੁਸ਼ਕ ਜਿਹੜਾ ਹਵਾਨਾ ਸੂਈ ਹੈ 2 ਦਿਨਾਂ ਦੀ, ਪੱਟਾਂ 'ਚੋਂ 3-3 ਇੰਚ 4-4 ਇੰਚ ਬਾਹਰ ਕੱਢੀ ਫਿਰਦੀ ਹਵਾਨੇ ਨੂੰ, ਕੱਦ ਕਾਠ ਵੈਟ ਦਾ ਪੂਰਾ ਤੁਹਾਡੇ ਸਾਹਮਣੇ ਹੈ। ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ, ਵੇਖ ਸਕਦੇ ਜੀ ਤੁਸੀਂ, ਸਿੰਘ ਦਾ ਨਿਸ਼ਾਨ ਨਹੀਂ, ਬਿਲਕੁਲ ਸਿਹਤਮੰਦ ਕੋਨੀ ਜੇ, ਕੰਨ ਵੀ ਤੁਹਾਡੇ ਸਾਹਮਣੇ, ਮੱਥੇ 'ਤੇ ਚਿੱਟਾ ਰੰਗ ਜੇ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ। ਨੋਸਟੇਲ 'ਤੇ ਵੀ ਹਲਕਾ ਜਿਹਾ ਨਿਸ਼ਾਨ ਹੈ ਚਿੱਟੇ ਰੰਗ ਦਾ, ਜੈਨਮਨ ਕੋਨੀ, ਕੱਦ ਕਾਠ ਵੈਟ ਦਾ ਪੂਰਾ, ਉੱਤੋਂ ਬਿਲਕੁਲ ਸੁਹਾਗੇ ਤਰ੍ਹਾਂ ਪੱਧਰੀ ਪਿੰਨ ਤੁਸੀਂ ਚੈੱਕ ਕਰ ਸਕਦੇ, ਜਿਹਨੂੰ ਆਪਾਂ ਖੁੱਡੇ ਆਖੀਦੇ ਨੇ, ਮਾਸ਼ਾਅੱਲਾ ਕੱਦ ਕਾਠ ਵੈਟ ਦਾ ਪੂਰਾ, ਮੋਹਰਾ ਵਰਗੀ ਚੋਲ, ਹਾਥੀ ਵਰਗਾ ਜਿਸਮ, ਮਾਸ਼ਾਅੱਲਾ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ ਜੀ। ਹਵਾਨੇ ਦੀ ਵੀਰਾਂ ਨੂੰ ਤਸੱਲੀ ਕਰਵਾਉਂਦੇ, ਮਸ਼ਕ ਜਿਹੜਾ ਹਵਾਨਾ, ਬੜਾ ਸੋਹਣਾ ਲਿਬਾਸ, ਥਣ ਬੜਾ ਪਿਆਰਾ ਲੱਗਾ ਹੋਇਆ, ਪਾਵਰ ਵਾਲਾ ਕਾਲਾ ਥਣ ਲੱਗਾ ਹੋਇਆ, ਵਿਰਲ ਬੜੀ ਮਰਲੇ ਮਰਲੇ ਦੀ ਵਿਰਲ, ਅਤੇ ਵੰਡਾ ਜਾਨਵਰ ਦੀ ਆਪ ਕਰ ਲੈਣੀ ਹੈ, ਅਤੇ ਜਿਹਦੇ ਨਸੀਬਾਂ 'ਚੋਂ ਲੈ ਉਹਨੇ ਜਾਣੀ ਹੈ। ਸੋਨਿਆਂ ਦੇ ਮੁੱਲ ਸੁਨਿਆਰੇ ਭਰ ਸਕਦੇ ਨੇ, ਜਿਹਨੇ ਇਸ ਜਾਨਵਰ ਦੀ ਕਦਰ ਲਿਆ ਵਾਪਸ, ਇਹ ਵਾਪਸ ਲਿਆ। ਜਿਹਨੂੰ ਇਸ ਜਾਨਵਰ ਦੀ ਕਦਰ ਹੋਈ, ਪੈਸੇ ਉਹਨੇ ਹੀ ਭਰਨੇ ਹੈ। ਮਾਸ਼ਾਅੱਲਾ ਜਾਨਵਰ 16 ਨੇ ਤੁਰਨ ਫਿਰਨੇ ਦਾ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ ਜੀ। ਸਾਡੀ ਕੋਸ਼ਿਸ਼ ਹੁੰਦੀ ਹੈ ਵੀਰਾਂ ਨੂੰ ਹਰ ਚੀਜ਼ ਦੀ ਤਸੱਲੀਆਂ ਕਰਵਾਈਏ, ਤਸੱਲੀਆਂ ਕਰਵਾਉਣ ਲੱਗੇ ਅਸੀਂ ਕਸਰ ਨਹੀਂ ਛੱਡੀਦੀ। ਰੰਗ ਬੜਾ ਪਿਆਰਾ ਜਾਨਵਰ ਦਾ, ਲਿਬਾਸ ਬੜਾ ਸੋਹਣਾ, ਅਤੇ ਐਸੇ ਖੂਬਸੂਰਤ ਜਾਨਵਰ ਤੁਹਾਨੂੰ ਹਮੇਸ਼ਾ ਮੇਰਾ ਸਾਹੀਵਾਲ ਟੀਵੀ ਤੋਂ ਨਜ਼ਰ ਆਉਣ ਜੀ। ਇਹਨਾਂ ਦੀਆਂ ਮੁਹੱਬਤਾਂ ਦਾ ਸ਼ੁਕਰੀਆ ਅਮਰ ਬਾਈ ਦੇ, ਅਤੇ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਐਡੇ ਪਿਆਰੇ ਜਾਨਵਰ ਵਾਸਤੇ, ਅਸੀਂ ਆਏ ਬੜੀ ਮਿਹਨਤਾਂ ਤੋਂ ਬਾਅਦ, ਕਾਵਿਸ਼ਾਂ ਤੋਂ ਬਾਅਦ 30 ਲੀਟਰ ਪਲੱਸ ਜਿਹੜੀ ਵੈਟ ਸਾਨੂੰ ਮਿਲੀ ਅੱਜ। ਬੜੇ ਦੋਸਤ ਵੀਰ ਆਉਂਦੇ ਸੀ ਕਿ 30 ਲੀਟਰ ਪਲੱਸ ਜਾਨਵਰ ਚਾਹੀਦਾ ਸਾਨੂੰ, ਅਤੇ 2 ਟਾਈਮ 3 ਟਾਈਮ ਜਿੰਨੇ ਟਾਈਮ ਕਿਸੇ ਦਾ ਦਿਲ ਕਰੇ ਚੁਆਈ ਕਰਕੇ ਲਿਜਾ ਸਕਦਾ, 30 ਲੀਟਰ ਪਲੱਸ ਕਰੇਗੀ। 2 ਦਿਨ ਦੀ ਸੂਈ ਹੈ, ਸੁਹਾਗੇ ਤਰ੍ਹਾਂ ਉਤੋਂ ਪਧਰੀ ਹੈ, ਕਮੋ ਬੇਸ਼ ਤਕਰੀਬਨ 9 ਫੁੱਟ ਦੀ ਲੈਂਥ ਹੋਵੇਗੀ, ਬੰਦੇ ਦੇ ਮੱਥੇ ਜਿੰਨੀ ਹਾਈਟ, ਵੱਡੀਆਂ ਵੈੜਾਂ 'ਚੋਂ ਆਉਂਦੀ ਹੈ। ਬੜੇ ਕਈ ਜਾਨਵਰ ਹੁੰਦੇ ਨੇ ਕੱਦ ਕਾਠ ਦੇ ਪੂਰੇ ਹੁੰਦੇ ਨੇ, ਹਵਾਨੇ ਵੱਲੋਂ ਰਹਿ ਜਾਂਦੇ ਨੇ, ਇਹ ਐਸਾ ਜਾਨਵਰ ਹੈ ਕੱਦ ਵੀ ਪੂਰਾ, ਹਵਾਨਾ ਤਾਂ ਫਿਰ ਲਾਜਵਾਬ ਹੈ, ਮਸ਼ਕ ਜਿੱਡਾ ਹਵਾਨਾ, ਚਾਰੋਂ ਪਾਸੋਂ ਪੂਰੀ ਜਾਨਵਰ, ਚਾਰੋਂ ਪਾਸਾ ਪੂਰਾ ਜਾਨਵਰ, ਕੋਈ ਨੁਕਸ ਨਹੀਂ, ਕੋਈ ਕੁਛ ਨਹੀਂ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਕਿਸੇ ਪਾਸੋਂ ਵੀ ਜਾਨਵਰ ਘੱਟ ਹੈ। ਸਾਰੀਆਂ ਖੂਬਸੂਰਤੀਆਂ ਸਾਰਾ ਕੁਛ ਤੁਹਾਡੇ ਸਾਹਮਣੇ ਹੈ, ਅਸੀਂ ਕੁਛ ਵੀ ਅਸੀਂ ਕਸਰ ਨਹੀਂ ਛੱਡੀ ਦੀ ਵੀਰਾਂ ਨੂੰ ਵਿਖਾਉਣ ਲੱਗਿਆਂ। ਸਾਡੀ ਕੋਸ਼ਿਸ਼ ਹੁੰਦੀ ਹੈ ਜਾਨਵਰ ਦੀ ਵੀਰਾਂ ਨੂੰ ਸਮਝ ਆ ਜਾਵੇ, ਕੋਈ ਚੀਜ਼ ਰਵੇ ਨਾ ਜਿਹੜੀ ਉਹਨਾਂ ਨੂੰ ਨਜ਼ਰ ਨਾ ਆਵੇ, ਹਰ ਚੀਜ਼ ਵਿਖਾਈਦੀ ਹੈ। ਥਣ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ, ਵਿਰਲਾਂ ਪੂਰੀਆਂ, ਕਾਲਾ ਥਣ ਲੱਗਾ ਹੋਇਆ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ। ਇਹ ਇਹਦਾ ਬੱਚਾ ਜੇ ਰੈੱਡ ਫਰੀਜ਼ੀਅਨ, ਅੱਛੇ ਬਰੀਡ ਦਾ ਬੱਚਾ,
ਦਿਨ ਦੀ ਸੂਈ ਹੈ, ਨਾੜੂ ਬੱਚੇ ਦਾ ਵੇਖ ਸਕਦੇ ਜੀ, ਇਹ ਲਮਕ ਜਿਹਾ ਨਾੜੂ ਆ, 2 ਦਿਨ ਦੀ ਸੂਈ ਹੈ, ਰੈੱਡ ਫਰੀਜ਼ਨ ਵੱਛਾ ਜਿਹਾ। ਬਾਕੀ ਸਭ ਗੱਲਾਂ ਕਰਾਂਗੇ ਮਾਲਕਾਂ ਨਾਲ, ਇਹਦਾ ਸਾਬਕਾ ਰਿਕਾਰਡ ਕੀ ਸੀ, ਇਸ ਟਾਈਮ ਕਿੰਨਾ ਦੇਰੀ ਦੁੱਧ ਮੂੰਹ ਕਿਵੇਂ ਹੈ, ਸਭ ਪੁੱਛ ਕੇ ਦੱਸਾਂਗੇ ਮਾਲਕਾਂ ਨੂੰ। ਅਤੇ ਇਨਸ਼ਾਅੱਲਾ ਕੋਈ ਜਿਹੜਾ ਵੀਰ ਲੈ ਕੇ ਜਾਵੇਗਾ ਦੁਆਵਾਂ 'ਚ ਯਾਦ ਕਰੇਗਾ, ਅਤੇ ਇਨਸ਼ਾਅੱਲਾ ਬਾਅਦ 'ਚ ਵੀ ਮੰਗੇਗਾ ਵੀ ਐਸੇ ਜਾਨਵਰ ਐਸੇ ਹੀਰੇ ਸਾਨੂੰ ਕੋਈ 2-3 ਹੋਰ ਲੈ ਕੇ ਦਿਓ। ਇਹ ਕਦਰ ਉਹਨਾਂ ਨੂੰ ਵੀ ਹੈ ਜਿਹੜੇ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ, ਹੀਰਿਆਂ ਨੂੰ ਪਰਖਣ ਵਾਲੇ, ਸੋਨੇ ਨੂੰ ਸਮਝਣ ਵਾਲੇ, ਇਹ ਉਹ ਹੀ ਸਮਝ ਸਕਦੇ ਇਸ ਜਾਨਵਰ ਨੂੰ। ਤਸੱਲੀਆਂ ਤੁਸੀਂ ਕਰ ਲਈਆਂ, ਹੁਣ ਕਰਨੇ ਆਪਾਂ ਮਾਲਕਾਂ ਨਾਲ ਗੱਲ ਕੀ ਹਿਸਾਬ ਕਿਤਾਬ ਪੈਂਦਾ। ਇਹ ਅੱਜ ਜ਼ੀਨਤ ਬਣਿਆ ਮੇਰਾ ਸਾਹੀਵਾਲ ਟੀਵੀ ਦੀ, ਐਸਾ ਖੂਬਸੂਰਤ ਹੀਰਾ ਅੱਜ ਮੇਰਾ ਸਾਹੀਵਾਲ ਟੀਵੀ ਦੀ ਜ਼ੀਨਤ ਬਣਿਆ। ਉਮੀਦ ਕਰਾਂਗੇ ਤੁਹਾਨੂੰ ਸਾਡੀ ਜਿਹੜਾ ਅੱਜ ਵਾਲੇ ਜਾਨਵਰ ਦੀ ਵੀਡੀਓ ਪਸੰਦ ਆਏਗੀ, ਅਤੇ ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਅਤੇ ਸ਼ੇਅਰ ਲਾਜ਼ਮੀ ਕਰੋ, ਅਤੇ ਨਾਲ ਹੀ ਕਮਿੰਟ ਕਰਕੇ ਆਪਣੀ ਆਰਾ ਤੋਂ ਅਗਾਹ ਲਾਜ਼ਮੀ ਕਰਿਆ ਕਰੋ। ਜਾਨਵਰ ਮੇਰੇ ਵੀਰਾਂ ਨੇ ਵੇਖ ਲਿਆ, ਹੁਣ ਆਪਾਂ ਕਰ ਰਹੇ ਬਾਈ ਅਮਰ ਨਾਲ ਗੱਲ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਅਮਰ ਬਾਈ ਕੀ ਹਾਲ ਨੇ? ਅੱਲਾ ਦੇ ਕਰਮ, ਤੁਸੀਂ ਸੁਣਾਓ? ਠੀਕ ਠਾਕ। ਅਮਰ ਬਾਈ, ਜਾਨਵਰ ਮਾਸ਼ਾਅੱਲਾ ਤੁਹਾਡਾ ਬੜਾ ਹੀ ਪਿਆਰਾ ਹੈ, ਬੜਾ ਹੀ ਖੂਬਸੂਰਤ ਹੈ, ਅਤੇ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਾਨੂੰ ਦਾਵਤ ਦਿੱਤੀ। ਅਤੇ ਸਰ ਜੀ, ਇਹ ਪਹਿਲੇ ਦੱਸੋ ਇਹ ਕਿੰਨਵੇਂ ਸੂਬੇ ਜਾਨਵਰ ਜਿਹੜਾ ਆਪਣਾ? ਦੂਸਰੇ ਸੂਬੇ ਬਾਈ। ਪੱਕਾ ਦੂਸਰੇ ਸੂਬੇ? ਹਾਂਜੀ। ਮੂੰਹ ਕਿਵੇਂ ਇਸ ਟਾਈਮ? ਮੂੰਹ ਛਿੱਗੀ ਹੈ। ਅਤੇ ਕਿੰਨੇ ਦਿਨਾਂ ਦੀ ਸੂਈ? ਤੀਸਰਾ ਦਿਨ ਹੈ ਸੂਈ। ਤੀਸਰਾ ਦਿਨ ਸੂਈ ਨੂੰ? ਪਿੱਛੇ ਇਹਦੇ ਕੀ ਹੈ? ਵੱਛਾ ਹੈ। ਵੱਛਾ ਜੀ। ਪਹਿਲੇ ਸੂਬੇ ਦਾ ਸਾਬ ਕਰਕਾਰ ਜਿਹੜੇ ਕੋਈ ਮਾਲਕ ਦੱਸਦੇ ਨੇ ਕੀ ਇਹਦਾ? ਇਹ ਭਾਈ ਮਾਸ਼ਾਅੱਲਾ ਦੁੱਧ ਬਹੁਤ ਜ਼ਿਆਦਾ ਦਿੰਦੇ ਆ। ਠੀਕ ਹੋ ਗਿਆ। 20 ਪਲੱਸ ਪਹਿਲੇ ਸੂਬੇ ਕਰਦੀ ਰਹੀ ਹੈ। ਠੀਕ ਹੋ ਗਿਆ ਜੀ। ਮਾਸ਼ਾਅੱਲਾ ਤੀਸਰਾ ਦਿਨ ਸੂਈ ਨੂੰ? ਮਾਸ਼ਾਅੱਲਾ ਜੀ। ਤੇ 25 ਲੀਟਰ ਫਿਲਹਾਲ ਹੋਣੇ ਆ। ਠੀਕ ਹੋ ਗਿਆ। ਤੇ ਇਨਸ਼ਾਅੱਲਾ 40 ਲੀਟਰ ਤੇ ਆ ਕੇ ਜਾਏਗੀ। ਪਿਛਲੇ ਸੂਬੇ ਦਾ ਰਿਕਾਰਡ ਜਿਹੜਾ 30 ਲੀਟਰ ਦਾ ਹੈ, 2 ਦਿਨ ਸੂਈ ਨੂੰ ਹੋਏ ਨੇ, 25 ਲੀਟਰ ਹੁਣ ਕਰ ਰਹੀ ਹੈ। ਹਾਂਜੀ। ਤੇ ਪੱਕੀ ਇਨਸ਼ਾਅੱਲਾ ਉਮੀਦ ਆ ਵੀ 30 ਲੀਟਰ ਪਲੱਸ ਕਰ ਗਿਆ। ਤਿੰਨ ਟਾਈਮ ਚਵਾਈ ਵਾਲੀ। ਮਾਸ਼ਾਅੱਲਾ ਜੀ, ਤਿੰਨ ਟਾਈਮ ਚਵਾਈ। ਇਹ ਨਸਲ ਕਿਹੜੀ ਬਣਦੀ ਜੀ? ਥੋੜਾ ਇਹ ਵੀਰਾਂ ਦਾ ਫਰੀਜ਼ਨ ਦੇ ਵਿੱਚ ਹਲਕਾ ਜਿਹਾ ਚੋਲਸਤਾਨੀ ਦਾ ਟੱਚ ਹੈ ਜੀ। ਫਰੀਜ਼ਨ ਤੇ ਹਲਕਾ ਜਿਹਾ ਚੋਲਸਤਾਨ ਦਾ ਕਰਾ। ਅੱਛਾ, ਮੁਹੱਬਤਾਂ ਦਾ ਮੁੱਲ ਕੀ ਹੈ ਜਿਹੜਾ ਆਪਾਂ ਲੈ ਲੈਣੇ ਆ? ਇਹਦਾ ਮੁੱਲ ਤਾਂ ਆਪਾਂ 6 ਲੱਖ ਕਰ ਲਈਏ। ਆਪਾਂ ਉਹ ਕਰਨਾ ਮੁੱਲ ਜਿਹੜਾ ਆਪਾਂ ਲੈ ਲੈਣੇ ਆ, ਲੇਕਿਨ ਆਪਾਂ ਫਾਈਨਲ 5 ਲੱਖ 10 ਹਜ਼ਾਰ ਰੁਪਇਆ। 5 ਲੱਖ ਤੇ 10 ਹਜ਼ਾਰ, ਇਹ 'ਚ ਕੋਈ ਮੁਹੱਬਤਾਂ ਦਾ ਕੋਈ ਰਹਿਤ ਹੋਵੇਗੀ? ਮੁਹੱਬਤ ਵੀ ਹੋਵੇਗੀ? ਥੋੜ੍ਹੀ ਬਹੁਤੀ ਕਰ ਲਾਂਗੇ, ਕੋਈ ਆਏਗਾ ਵੀਰ। ਠੀਕ ਹੋ ਗਿਆ ਜੀ। 5 ਲੱਖ ਤੇ 10 ਹਜ਼ਾਰ ਰੁਪਇਆ ਮੁੱਲ ਕੀਤਾ ਵਾ ਜਾਮਰ ਨੇ। ਕੋਈ ਵੀ ਵੀਰ ਭਰਾ ਆਉਂਦਾ ਹੈ, ਕੋਈ ਪਿਆਰ ਮੁਹੱਬਤ ਹੋਵੇਗਾ, 30 ਲੀਟਰ ਪਲੱਸ ਦੀ ਗਰੰਟੀ ਹੋਵੇਗੀ ਇਨਸ਼ਾਅੱਲਾ। 2 ਟਾਈਮ 3 ਟਾਈਮ ਜਿੰਨੇ ਟਾਈਮ ਦਿਲ ਕਿਸ ਦਾ ਦਿਲ ਕਰੇ ਚੋ ਕੇ ਲੈ ਸਕਦੇ ਆ। ਕੋਈ ਵੀ ਵੀਰ ਭਰਾ ਖਰੀਦਣਾ ਚਾਹੁੰਦਾ, ਸਾਡਾ ਵਟਸਐਪ ਨੰਬਰ ਨੋਟ ਕਰ ਲਓ, 0322-7087-633। ਫਿਰ ਨੋਟ ਕਰ ਲਓ, 0322-7087-633। ਇਹ ਸਾਡਾ ਰਾਬਤਾ ਨੰਬਰ ਹੈ, ਇਹ ਸਾਡਾ ਵਟਸਐਪ ਨੰਬਰ ਹੈ। ਸਾਡਾ ਫੇਸਬੁੱਕ 'ਤੇ ਪੇਜ ਆ ਮੇਰਾ ਸਾਹੀਵਾਲ ਟੀਵੀ ਦੇ ਨਾਮ ਤੋਂ, ਔਰ ਫੇਸਬੁੱਕ 'ਤੇ ਸਾਡਾ ਗਰੁੱਪ ਵੀ ਹੈ ਮੇਰਾ ਸਾਹੀਵਾਲ ਟੀਵੀ ਦੇ ਨਾਮ ਤੋਂ, ਉਹਨੂੰ ਵੀ ਜੁਆਇਨ ਕਰੋ ਅਤੇ ਲਾਈਕ ਵੀ ਕਰੋ। ਉਹਨਾਂ ਦੇ ਮੇਜ਼ਬਾਨ ਸਾਜਿਦ ਦੇਖਣ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।